ਅਕਸਰ ਦੁਸਹਿਰੇ ਵਾਲੇ ਦਿਨ ਦੇਖਿਆ ਜਾਂਦਾ ਹੈ ਕਿ ਰਾਵਣ ਦਾ ਪੁਤਲਾ ਸਾੜਿਆ ਜਾਂਦਾ। ਉੱਥੇ ਦੇਸ਼ ਦੀਆਂ ਕਈ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ, ਸਗੋਂ ਇਹਨਾਂ ਥਾਵਾਂ 'ਤੇ ਰਾਵਣ ਦਾ ਪੁਤਲਾ ਸਾੜਨ ਦੀ ਥਾਂ ਉਸਦੀ ਪੂਜਾ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮੰਦਿਰ ਹੈ ਲੁਧਿਆਣਾ ਦੇ ਹਲਕਾ ਪਾਇਲ 'ਚ, ਜਿੱਥੇ ਦੂਬੇ ਵੰਸ਼ਾਂ ਵੱਲੋਂ ਇਸ ਮੰਦਿਰ 'ਚ ਆ ਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਮੌਕੇ ਇਸ ਥਾਂ 'ਤੇ ਰਾਮਲੀਲਾ ਦਾ ਖਾਸ ਆਯੋਜਨ ਕਰਵਾਇਆ ਜਾਂਦਾ, ਪਰ ਇੱਥੇ ਰਾਵਣ ਦਹਨ ਨਹੀਂ ਕੀਤਾ ਜਾਂਦਾ। ਦੂਬੇ ਪਰਿਵਾਰ ਦੇ ਮੈਂਬਰ ਨੇ ਮੰਦਿਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਰਾਮ ਮੰਦਿਰ 'ਚ ਬੇ ਔਲਾਦ ਜੋੜਿਆਂ ਨੂੰ ਸੱਚੇ ਮਨ ਨਾਲ ਮੁਰਾਦ ਮੰਗਣ 'ਤੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ। ਮਹੱਤਵ ਹੈ ਜੀ ਕਿ ਬ੍ਰਹਮ ਰਾਵਣ ਦੇਵਤਾ ਜੀ ਬ੍ਰਾਹਮਣ ਸੀ, ਚਾਰ ਵਿੱਦਾਂ ਦੇ ਗਿਆਨੀ ਸੀ, ਅੱਛੇ ਇਹਨਾਂ ਦਾ ਸੀ। ਠੀਕ ਹੈ ਕੋਈ ਬੁਰਾ ਕਰਮ ਕਰਦਾ ਉਹਦੀ ਮਿਲੀ ਹੈ, ਪਰ ਹੈ ਕਿ ਅਸੀਂ ਇਹ ਜੇ ਬ੍ਰਹਮ ਦੇ ਤੌਰ 'ਤੇ ਅੱਛੇ ਕਰਕੇ ਉਹਨਾਂ ਦੀ ਪ੍ਰਤੀ ਮੂਰਤੀ ਬਣਾ ਕੇ ਪ੍ਰਜੈਂਟ ਕਰਵਾ ਦਿੰਦੇ ਹਾਂ। ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦਸਵੀਂ ਤੱਕ ਅਸੀਂ ਇਹਨਾਂ ਦਾ ਗੁਣਗਾਨ ਕਰਦੇ ਰਹਿੰਦੇ ਹਾਂ। ਪ੍ਰਭੂ ਰਾਮ ਦੇ ਨਾਲ ਨਾਲ ਰਾਵਣ ਦੇਵਤਾ ਦਾ ਵੀ ਪੂਜਿਆ ਜਾਂਦਾ, ਹੋਰ ਦੁਸਹਿਰੇ ਵਾਲੇ ਦਿਨ ਵਿਧੀ ਪੂਰਵਕ ਪੂਜਾ ਕਰਵਾ ਕੇ ਕੰਮ ਰਾਮਲੀਲਾ ਸਮਾਪਨ ਕੀਤੀ ਜਾਂਦੀ ਹੈ। ਅਤੇ ਕਿੰਨੀ ਦੇਰ ਤੋਂ ਚੱਲਦੀ ਆ ਰਹੀ ਹੈ ਇਹ ਪਰੰਪਰਾ? ਜੀ ਪਰੰਪਰਾ ਕਿ 1835 'ਚ ਸਾਡੇ ਪ੍ਰਭੂ ਰਾਮ ਦਾ ਮੰਦਰ ਬਣਿਆ ਸੀ। ਸਾਡੇ ਬਜ਼ੁਰਗਾਂ ਨੇ ਹੋਰ ਫਾਦਰ ਨੇ, ਹੁਣ 7ਵੀਂ ਪੀੜ੍ਹੀ ਚੱਲ ਰਹੀ ਹੈ, ਅਸੀਂ ਉਹਨਾਂ ਨੂੰ ਨਿਭਾ ਰਹੇ ਹਾਂ। ਅਸੀਂ ਦੂਰੋਂ ਪਟਿਆਲੇ ਤੋਂ, ਚੰਡੀਗੜ੍ਹ ਤੋਂ, ਬਠਿੰਡੇ ਤੋਂ, ਉਹਨਾਂ ਜਿੰਨਾ ਸਾਡਾ ਦੂਬੇ ਪਰਿਵਾਰ ਹੈ ਆ ਕੇ ਸ਼ਰਧਾ ਪੂਰਵਕ 10-15 ਦਿਨ ਅਸੀਂ ਇੱਥੇ ਆ ਕੇ ਆਪਣਾ ਭਗਤੀ ਰਾਮਲੀਲਾ ਦਿਖਾਉਂਦੇ ਹਾਂ। ਅਤੇ ਇੱਥੇ ਕੋਈ ਮਾਨਤਾ ਵੀ ਹੈ? ਸੀ ਮਾਨਤਾ ਹੈ ਜੀ ਕਿ ਰਾਮ ਮੰਦਰ ਜਿਹਦੇ ਕਿਸੇ ਦੇ ਔਲਾਦ ਨਾ, ਕਿਸੇ ਸੰਤਾਨ ਨਹੀਂ, ਉਹ ਆ ਕੇ ਸ਼ਰਧਾ ਪੂਰਵਕ ਨਾਲ ਆ ਕੇ ਮੱਥਾ ਟੇਕ ਜੀ, ਪਰਮਾਤਮਾ ਪ੍ਰਭੂ ਰਾਮ ਦੀ ਕਿਰਪਾ, ਅਗਲੇ ਸਾਲ ਉਹੀ ਜੋੜਾ ਸਾਨੂੰ ਆ ਕੇ ਖੁਸ਼ਖਬਰੀ ਦੇ ਕੇ ਜਾਂਦਾ, ਚਲੋ ਜੀ ਬੱਚਾ ਆਹ ਬਖਸ਼ਿਸ਼ ਆ ਸਾਡੇ ਪ੍ਰਭੂ ਰਾਮ। ਰਾਵਤ ਦੇ ਜੀ ਵਿਧੀ ਪੂਰਵਕ ਹੈ ਜੇ ਅਜੇ ਦਾ ਥੋੜ੍ਹਾ ਬਹੁਤਾ ਜਿੱਦਾਂ ਹੁੰਦੀ ਹੈ ਸ਼ਰਾਬ ਦੀ ਛਿੜਕਾਈ ਜਾਂਦੀ ਹੈ, ਚੜ੍ਹਾਣੀ ਦਾ ਕੀ ਹੈ ਚੜ੍ਹਾ ਕੇ, ਜਿੱਦਾਂ ਕਾਲੀ ਮਾਤਾ ਦੇ ਉਹਦੇ ਰਾਕਸ਼ ਦੇ ਰੂਪ 'ਚ ਉਹਨਾਂ ਦੀ ਪੂਜਾ ਕਰਦੇ ਹਾਂ ਅਸੀਂ, ਬਾਕੀ ਪ੍ਰਸ਼ਾਦ ਬਣਦੇ ਨਹੀਂ ਅਸੀਂ। ਹਾਂਜੀ, ਪਿਛਲੇ ਕਾਫੀ ਟਾਈਮ ਲੰਬੇ ਸਮੇਂ ਤੋਂ ਜੀ ਉਰੇ ਰਾਵਣ ਦਾ ਸਰੂਪ ਸਥਿਤ ਹੈ, ਔਰ ਦੂਬੇ ਪਰਿਵਾਰ ਜੋ ਕਿ ਪਟਿਆਲੇ ਤੋਂ ਔਰ ਇਹਨਾਂ ਦੇ ਅਲੱਗ ਅਲੱਗ ਚੰਡੀਗੜ੍ਹ ਤੋਂ, ਬਠਿੰਡੇ ਤੋਂ ਆ ਕੇ ਉਰੇ ਸੇਵਾ ਨਿਭਾਉਂਦੇ ਹੈ। ਇਹਨਾਂ ਦੇ ਪਰਾ 7ਵੀਂ ਪੀੜ੍ਹੀ ਚੱਲ ਪਈ ਹੈ ਜੀ, ਲਗਾਤਾਰ ਸੇਵਾ ਨਿਭਾ ਰਹੇ ਹੈ ਇਹ, ਔਰ 10-15 ਦਿਨ ਲਗਾਤਾਰ ਇੱਥੇ ਸਕਰੀਨ ਦੇ ਉੱਤੇ ਵੀ ਰਾਮਲੀਲਾ ਦਿਖਾਈ ਜਾਂਦੀ ਹੈ, ਔਰ ਦੁਸਹਿਰੇ ਵਾਲੇ ਦਿਨ ਵੀ ਸ਼ਾਮ ਨੂੰ ਜਿਸ ਤਰ੍ਹਾਂ ਹੋਰ ਜਗ੍ਹਾ 'ਤੇ ਰਾਵਣ ਦਾ ਵੱਧ ਕਰਦੇ ਹੈ, ਲੇਕਿਨ ਇਸ ਜਗ੍ਹਾ 'ਤੇ ਪਵਿੱਤਰ ਸਥਾਨ ਬਣਿਆ ਹੋਇਆ, ਔਰ ਇਸ ਜਗ੍ਹਾ 'ਤੇ ਪੂਜਾ ਕੀਤੀ ਜਾਂਦੀ ਹੈ, ਬੱਕਰੇ ਦੀ ਬਲੀ ਔਰ ਸ਼ਰਾਬ ਦਾ ਚੁੱਕਾ ਦਿੱਤਾ ਜਾਂਦਾ, ਔਰ ਇਸ ਤਰ੍ਹਾਂ ਇਸ ਤਿਉਹਾਰ ਦੂਜੇ ਪੈਰ ਦੇ ਵਿੱਚ ਇਸ ਜਗ੍ਹਾ 'ਤੇ ਮਨਾਇਆ ਜਾਂਦਾ। ਜ਼ਿਕਰਯੋਗ ਹੈ ਕਿ ਇਹ ਮੰਦਿਰ 176 ਸਾਲ ਪੁਰਾਣਾ ਇਤਿਹਾਸਿਕ ਮੰਦਿਰ ਹੈ। ਇਸ ਮੰਦਿਰ 'ਚ ਰਾਵਣ ਦੀ 25 ਫੁੱਟ ਉੱਚੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਹੋਈ ਹੈ। ਦੱਸ ਦਈਏ ਕਿ ਭਾਰਤ 'ਚ ਪਾਇਲ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸ਼ਿਵਾਲਾ ਖੇਤਰ 'ਚ ਦਸ਼ਾਨਨ ਮੰਦਿਰ, ਰਾਜਸਥਾਨ ਦੇ ਜੋਧਪੁਰ ਇਲਾਕੇ 'ਚ ਮੰਡੋਰ ਮੰਦਿਰ, ਮੱਧ ਪ੍ਰਦੇਸ਼ ਦੇ ਮੰਦਸੌਰ ਅਤੇ ਹਿਮਾਚਲ ਦੇ ਬੇਜਨਾਬ ਕਸਬੇ 'ਚ ਰਾਵਣ ਦਹਨ ਦੀ ਥਾਂ ਉਸਦੀ ਪੂਜਾ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।